ਜਿਹੜੇ ਮੈਂਬਰਸ ਹੋਣਗੇ ਆਮ ਆਦਮੀ ਪਾਰਟੀ ਦੇ ਉਹਨਾਂ ਕੋਲੇ ਔਰ ਉਸ ਤੋਂ ਬਾਅਦ ਉਹ ਇਸ ਦੇ ਉਹਨੂੰ ਚੈਨ ਕਰਕੇ ਕਿਉਂਕਿ ਇੱਕ ਸਪੋਜ਼ ਕਰੋ ਕਿ ਆਪਾਂ ਚੰਡੀਗੜ੍ਹ ਤੋਂ ਆਪਾਂ ਕੋਈ ਉਮੀਦਵਾਰ ਆਪਾਂ ਲਿਸਟ ਜਾਰੀ ਕਰਦੇ ਤਾਂ ਉਹਦੇ ਵਿੱਚ 10 ਤੋਂ 20 ਨਾਮ ਵੀ ਹੋ ਸਕਦੇ ਨੇ ਉਸ ਤੋਂ ਬਾਅਦ ਜਿਹੜੀ 16 ਸਦੱਸਿਆ ਜਿਹੜੀ ਕਮੇਟੀ ਆ ਉਹਨਾਂ ਨੂੰ ਉਹਦੇ ਵਿੱਚੋਂ ਛੰਟਣੀ ਕਰੇਗੀ ਔਰ ਜਿਹੜਾ ਉਹਨਾਂ ਨੂੰ ਉਪਯੁਕਤ ਨਾਮ ਲੱਗੇਗਾ ਉਹਨਾਂ ਵਿੱਚੋਂ 5 ਜਿਹੜੇ ਨਾਮ ਨੇ ਉਹਦੇ ਵਿੱਚ ਤੈਅ ਕੀਤੇ ਜਾਣਗੇ ਔਰ ਉਸ ਤੋਂ ਬਾਅਦ ਉਹ ਜਿਹੜੇ 5 ਨਾਮ ਨੇ ਉਹ ਅੱਗੇ ਭੇਜੇ ਜਾਣਗੇ ਜਿਹੜੇ 5 ਮੈਂਬਰ ਸਕਰੀਨਿੰਗ ਕਮੇਟੀ ਆ ਉਸ ਤੋਂ ਬਾਅਦ ਸਕਰੀਨਿੰਗ ਕਮੇਟੀ ਜਿਹੜੀ ਹੈਗੀ ਆ ਉਹ ਸਾਰੇ 5 ਜਿਹੜੇ ਲੋਕ ਨੇ ਉਹਨਾਂ ਦਾ ਇੰਟਰਵਿਊ ਕਰੇਗੀ ਉਹਨਾਂ ਦਾ ਸਾਰਾ ਬਾਇਓਡਾਟਾ ਚੈੱਕ ਕਰੇਗੀ ਸਾਰਾ ਰਿਕਾਰਡ ਉਹਨਾਂ ਦਾ ਚੈੱਕ ਕੀਤਾ ਜਾਏਗਾ ਕਿ ਕਿਸੇ ਉੱਤੇ ਕੋਈ ਕਿਸੇ ਤਰ੍ਹਾਂ ਦਾ ਕੇਸ ਤੇ ਨਹੀਂ ਆ ਉਸ ਤੋਂ ਬਾਅਦ ਉਹ 5 ਦੇ ਵਿੱਚੋਂ ਇੱਕ ਨਾਂ ਜਿਹੜਾ ਆ ਉਹ ਫਾਈਨਲ ਕੀਤਾ ਜਾਏਗਾ ਤਾਂ ਕੁੱਲ ਮਿਲਾ ਕੇ ਜਿਹੜੀ ਅੱਜ ਤੋਂ ਸ਼ੁਰੂ ਹੋ ਰਹੀ ਹੈ ਪ੍ਰਕਿਰਿਆ ਆ ਆਮ ਆਦਮੀ ਪਾਰਟੀ ਕਿਉਂਕਿ ਲਗਾਤਾਰ ਦਾਅਵਾ ਕਰ ਰਹੀ ਹੈ ਕਿ ਆਪਾਂ ਜੂਨ ਦੇ ਐਂਡ ਤੱਕ ਪੂਰੇ ਉਮੀਦਵਾਰ ਜਿਹੜੇ ਹੈਗੇ ਨੇ ਕਿ ਸਾਡੇ ਕਿੱਥੇ ਕਿੱਥੋਂ ਕਿਹੜੇ ਕਿਹੜੇ ਉਮੀਦਵਾਰ ਹੋਣਗੇ ਆਪਾਂ ਪੂਰੀ ਲਿਸਟ ਜਿਹੜੀ ਆ ਉਹ ਜਾਰੀ ਕਰ ਦਾਂਗੇ ਔਰ ਉਸੇ ਕੜੀ ਦੇ ਵਿੱਚ ਅੱਜ ਪਹਿਲੇ ਦਿਨ ਜਿਹੜੀ ਹੈ ਅੱਜ ਉਮੀਦਵਾਰਾਂ ਦੀ ਜਿਹੜੀ ਹੈ ਜਿਹੜੀ ਲਿਸਟ ਆ ਕਹਿ ਸਕਦੇ ਆਪਾਂ ਕਿ ਲਿਸਟ ਉਹਨਾਂ ਦੇ ਨਾਂ ਤੇ ਚਰਚਾ ਜਿਹੜੀ ਹੈ ਉਹ ਹੋਣੀ ਸ਼ੁਰੂ ਹੋ ਜਾਏਗੀ ਜੀ ਪੁਨੀਤ ਜਿਹੜਾ ਇਹ ਕੇਸ ਦੇ ਵਿੱਚ ਜਿਹੜੀ ਅਹਿਮ ਗੱਲ ਇਹ ਵੀ ਹੈ ਕਿ ਕਿਸੇ ਵੀ ਆਮ ਸ਼ਖਸ ਨੂੰ ਹਰੇਕ ਨੂੰ ਖੁੱਲ੍ਹੀ ਜਿਹੜਾ ਇਨਵੀਟੇਸ਼ਨ ਦਿੱਤਾ ਗਿਆ ਕਿ ਜਿਸ ਨੂੰ ਵੀ ਲੱਗਦਾ ਕਿ ਉਹ ਚੋਣਾਂ ਵਿੱਚ ਖੜਾ ਹੋ ਸਕਦਾ ਉਹ ਆਪਣਾ ਨਾਮ ਦੇ ਸਕਦਾ ਇਹ ਕਿਸ ਤਰ੍ਹਾਂ ਨਾਲ ਪੋਸੀਬਲ ਹੋਏਗਾ ਜੀ ਬਲਵਿੰਦਰ ਜਿਸ ਸਮੇਂ ਤੁਹਾਨੂੰ ਦੱਸਿਆ ਕਿ ਇੱਕ ਮੰਨ ਲਓ ਆਪਾਂ ਚੰਡੀਗੜ੍ਹ ਤੋਂ ਕੋਈ ਉਮੀਦਵਾਰ ਆਪਣਾ ਇਲੈਕਸ਼ਨ ਲੜਨਾ ਚਾਹੁੰਦਾ ਹੈ ਕੋਈ ਸੈਕਟਰ 21 ਦੇ ਵਿੱਚ ਹੀ ਆ ਉਹ ਆਪਣਾ ਇਲੈਕਸ਼ਨ ਲੜਨਾ ਚਾਹੁੰਦਾ ਔਰ 21 ਸੈਕਟਰ ਦੇ ਵਿੱਚ ਹੀ 10 ਤੋਂ 15 ਉਮੀਦਵਾਰ ਜਿਹੜੇ ਕੈਂਡੀਡੇਟ ਹੈ ਉਹ ਖੜੇ ਹੋ ਗਏ ਉਸ ਤੋਂ ਬਾਅਦ ਉਹਨਾਂ ਦੇ ਜਿਹੜੇ 16 ਸਦੱਸ ਜਿਹੜੀ ਸਕਰੀਨਿੰਗ ਕਮੇਟੀ ਜਿਹੜੀ ਇਲੈਕਸ਼ਨ ਕਮੇਨ ਕਮੇਟੀ ਹੈ ਪਹਿਲੀ ਇਲੈਕਸ਼ਨ ਕਮੇਨ ਕਮੇਟੀ ਹੋਏਗੀ ਉਸ ਤੋਂ ਬਾਅਦ ਫਿਰ ਉਹ ਸਕਰੀਨਿੰਗ ਕਮੇਟੀ ਦੇ ਵਿੱਚ ਜਾਏਗਾ ਇਲੈਕਸ਼ਨ ਕਮੇਨ ਕਮੇਟੀ ਜਿਹੜੀ ਹੈਗੀ ਉਸ ਤੋਂ ਬਾਅਦ ਉਸ ਇਲਾਕੇ ਦੇ ਵਿੱਚ ਜਾ ਕੇ ਬਕਾਇਦਾ ਉਹਦੇ ਉਹਨਾਂ ਦੇ ਨਾਮਾਂ ਦੇ ਉੱਤੇ ਚਰਚਾ ਕਰੇਗੀ ਉਹਨਾਂ ਵੱਲੋਂ ਅਲੱਗ ਅਲੱਗ ਜਿਹੜੇ ਲੋਕ ਹੈ ਉੱਥੋਂ ਦੇ ਮੁਲਾਕਾਤ ਕੀਤੀ ਜਾਏਗੀ ਉਸ ਤੋਂ ਬਾਅਦ ਉਹਨਾਂ ਵਿੱਚੋਂ 5 ਨਾਮ ਜਿਹੜੇ ਨੇ ਉਹ ਫਾਈਨਲ ਕੀਤੇ ਜਾਣਗੇ ਔਰ ਉਹਨਾਂ ਉਸ ਤੇ ਜ਼ਮੀਨੀ ਸਤਰ ਤੇ ਉੱਥੇ ਹੀ ਜਾਂਚ ਕੀਤੀ ਜਾਏਗੀ ਕਿ ਇਸ ਦੇ ਖਿਲਾਫ ਕੋਈ ਕਿਸੇ ਤਰ੍ਹਾਂ ਦਾ ਕੋਈ ਭ੍ਰਿਸ਼ਟਾਚਾਰ ਦਾ ਮਾਮਲਾ ਤੇ ਨਹੀਂ ਹੈਗਾ ਜਾਂ ਕਿਸ ਤਰ੍ਹਾਂ ਹੋਰ ਤਰ੍ਹਾਂ ਦਾ ਕੋਈ ਅਪਰਾਧਿਕ ਜਾਂ ਸੰਗੀਨ ਮਾਮਲੇ ਦੇ ਖਿਲਾਫ ਦਰਜ ਤੇ ਨਹੀਂ ਹੈਗਾ ਉਸ ਤੋਂ ਬਾਅਦ ਉਹ ਜਿਹੜੇ ਨਾਮ ਨੇ ਉਹ 5 ਨਾਮ ਉਹਨਾਂ ਵਿੱਚੋਂ ਫਾਈਨਲ ਕਰਕੇ ਉਹ ਸਕਰੀਨਿੰਗ ਕਮੇਟੀ ਵਿੱਚ ਭੇਜਣਗੇ ਜ਼ਾਹਿਰ ਤੌਰ ਤੇ ਆਮ ਆਦਮੀ ਪਾਰਟੀ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਕੋਈ ਮਾਨਵੀ ਭੁੱਲ ਕਰਕੇ ਜੇ ਕੋਈ ਕ੍ਰਿਮੀਨਲ ਰਿਕਾਰਡ ਦਾ ਵਿਅਕਤੀ ਜਾਂ ਕਰਪਸ਼ਨ ਤੋਂ ਲਿਪਤ ਵਿਅਕਤੀ ਜਿਹੜਾ ਅੱਗੇ ਚਲੇ ਜਾਂਦਾ ਆ ਉਹਨੂੰ ਜੋ ਟਿਕਟ ਦੇਣ ਦੇ ਬਾਵਜੂਦ ਵੀ ਉਹਦੀ ਟਿਕਟ ਜਿਹੜੀ ਹੈ ਉਹ ਇਸੇ ਆਧਾਰ ਤੇ ਖਤਮ ਵੀ ਕੀਤੀ ਜਾ ਸਕਦੀ ਹੈ ਐ ਨਹੀਂ ਕਿ ਉਹ ਫਾਈਨਲ ਹੀ ਰਹੇਗੀ ਜੀ ਦੇਖਣਾ ਹੋਏਗਾ ਕਿਸ ਤਰ੍ਹਾਂ ਦੇ ਨਾਲ ਪ੍ਰਕਿਰਿਆ ਚੱਲਦੀ ਹੈ ਕਦੋਂ ਤੱਕ ਫਾਈਨਲ ਹੁੰਦੀ ਹੈ ਬਹੁਤ ਬਹੁਤ ਧੰਨਵਾਦ ਪੁਨੀਤ ਸਾਰੀ ਜਾਣਕਾਰੀ ਸਾਡੇ ਪਹੁੰਚਾਉਣ ਦੇ ਲਈ